ਪੰਜਾਬ ਵਿੱਚ ਆਮ ਗੱਲ ਕਰਦੇ ਹਾਂ ਜੀ ਇਹ ਸਾਰੇ ਝਗੜੇ ਤਾਂ ਜ਼ਰ ਜ਼ੋਰੂ ਜ਼ਮੀਨ ਦੇ ਆ ਬਿਲਕੁਲ ਠੀਕ ਹੈ ਨਾ ਅੱਛਾ ਇੱਕ ਮੈਂ ਦੱਸਦਾ ਜ਼ਰ ਜ਼ੋਰੂ ਦੇ ਝਗੜੇ ਬਾਅਦ ਚ ਪਏ ਆ ਪਹਿਲਾਂ ਜ਼ਮੀਨ ਦਾ ਝਗੜਾ ਪਿਆ ਇਨਸਾਨ ਨੇ ਇਨਸਾਨ ਨੂੰ ਕਦੋਂ ਕਤਲ ਕਰਨਾ ਸ਼ੁਰੂ ਕੀਤਾ ਇਹ ਉਹ ਕਤਲ ਕਰਨਾ ਸ਼ੁਰੂ ਕੀਤਾ ਜਿਸ ਵੇਲੇ ਜ਼ਮੀਨ ਪ੍ਰਾਈਵੇਟ ਪ੍ਰਾਪਰਟੀ ਦੇ ਤੌਰ ਤੇ ਹੋਂਦ ਵਿੱਚ ਆ ਗਈ ਅਲੈਗਜ਼ੈਂਡਰ ਨੇ ਆਪਣੀਆਂ ਤਿੰਨ ਖਾਹਿਸ਼ਾਂ ਰੱਖੀਆਂ ਸੀਗੀਆਂ ਤੇ ਇੱਕਦਮ ਮਸ਼ਹੂਰ ਹੈ ਕਿ ਮੇਰੇ ਜਿਹੜੀਆਂ ਵਹਾਵਾਰ ਕਰਦੇ ਹੋ ਕੇ ਖਾਲੀ ਅਧਿਕਾਰ ਹੈ ਇੱਕ ਇਹ ਸਿਗਾ ਜਾ ਕੇ ਵੀ ਮੇਰੀ ਅਰਥੀ ਨੂੰ ਡਾਕਟਰ ਹੀ ਸਿਰਫ ਜਿਹੜੇ ਹੈਗੇ ਆ ਉਹੀ ਮੋਢਾ ਦੇਣ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਵੇ ਕਿ ਇਸ ਬੰਦੇ ਨੂੰ ਡਾਕਟਰ ਵੀ ਬਚਾ ਨਹੀਂ ਸਕੀ ਤੇ ਨਾਲ ਉਹ ਨਹੀਂ ਕੈਸੀ ਵੀ ਜਿੱਥੇ ਆ ਰੋਲੇ ਰਾੜੇ ਮੇਰੇ ਰਾਜ ਪਏ ਆ ਫੁੰਦਰ ਜਿਹੜਾ ਪਾਤ ਸਿਗਾ ਉਹ ਚ ਹੀਰੇ ਮੋਤੀ ਵੀ ਸਿਰਦੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਵੇ ਕਿ ਇਹ ਇਸ ਬੰਦੇ ਨੂੰ ਹੁਣ ਕੋਈ ਫਰਕ ਨਹੀਂ ਰਿਹਾ ਤੇ ਮੇਰੇ ਦੋਸਤ ਦੀ ਭੈਣ ਦਾ ਰਿਸ਼ਤਾ ਹੋਣ ਲੱਗਾ ਜੀ ਤੇ ਮਾਮਾ ਆ ਕੇ ਮਾਮੇ ਨੇ ਕਿਹਾ ਪਈ ਜ਼ਮੀਨ ਕਿੰਨੀ ਆ ਉਹ ਕਹਿੰਦੇ ਉਹ ਕਹਿੰਦੇ ਜੀ ਇਹ ਮੁੰਡਾ ਨੇ ਪੀ ਐਚ ਡੀ ਕੀਤੀ ਹੋਈ ਆ ਤੇ ਅਮਰੀਕਾ ਵਿੱਚ ਪ੍ਰੋਫੈਸਰ ਆ ਉਹ ਕਹਿੰਦਾ ਮੈਨੂੰ ਨਹੀਂ ਹੈ ਜ਼ਮੀਨ ਕਿੰਨੀ ਆ ਇਹਦੇ ਹਿੱਸੇ ਕਿੰਨੇ ਆ ਇਹਦੇ ਉਹ ਕਹਿੰਦੇ ਜੀ ਜ਼ਮੀਨ ਇਹਦੀ ਹੈਗੀ ਆ ਉਹ ਨਹੀਂ ਦੱਸੀ ਪਈ ਇੰਨੀ ਜ਼ਮੀਨ ਆ ਕਹਿੰਦਾ ਇਹ ਜੱਦੀ ਕਿੰਨੀ ਆ ਹੂੰ ਉਹ ਕਹਿੰਦੇ ਜੀ ਜੱਦੀ ਤਾਂ ਥੋੜੀ ਇਹ ਤਾਂ ਫੇ ਖਰੀਦੀ ਹੋਈ ਆ ਨਾ ਕਹਿੰਦੇ ਤੇ ਹੁਣ ਜਿਹੜੇ ਅਸੀਂ ਇੱਥੇ ਹੈਗੇ ਆ ਅਸੀਂ ਹੁਣ ਉੱਥੇ ਜ਼ਮੀਂਦਾਰ ਨਹੀਂ ਆ 1% ਹੋਊਗੇ ਜ਼ਿੰਮੇਦਾਰ ਹੁਣ ਅਸੀਂ ਕੀ ਹੈਗੇ ਆ ਜੀ ਅਸੀਂ ਜਿਹੜਾ ਟਰੱਕ ਡਰਾਈਵਰ ਹੈ ਜਾਂ ਅਸੀਂ ਮਕੈਨਿਕ ਹੈ ਜਾਂ ਅਸੀਂ ਵਕੀਲ ਹੈ ਜਾਂ ਅਸੀਂ ਇੰਜੀਨੀਅਰ ਹੈ ਜਾਂ ਅਸੀਂ ਇੰਟਰਪ੍ਰੀਟਰ ਹੈ ਤਾਂ ਜਾਂ ਅਸੀਂ ਕੋਈ ਹੁਣ ਅਸੀਂ ਜ਼ਿੰਮੇਦਾਰ ਨਹੀਂ ਅਸੀਂ ਕਹਿ ਸਕਦੇ ਜੇ ਮੈਨੂੰ ਕੋਈ ਪੁੱਛੇ ਤੂੰ ਕੌਣ ਹੈ ਤਾਂ ਮੈਂ ਇਹ ਥੋੜਾ ਕਹੂੰਗਾ ਵੀ ਮੈਂ ਜ਼ਿੰਮੇਦਾਰ ਹਾਂ ਉਸ ਸਾਹਮਣੇ ਆ ਵੀ ਜਿਹੜਾ ਸਿੱਖ ਜੱਟ ਆ ਉਹ ਹੀ ਜੱਟ ਆ ਮੁਸਲਮਾਨ ਜੱਟ ਵੀ ਹੈ ਮੁਸਲਮਾਨ ਜੱਟ ਆ ਰੈਣੀ ਜੱਟਾਂ ਦਾ ਮਰਵਾਤੇ ਹੋਈ ਹੈ ਜੱਟਾਂ ਸਾਰੇ ਜੱਟ ਜੱਟ ਦਾ ਮਤਲਬ ਜਿਹੜਾ ਜ਼ਮੀਨ ਖੇਤੀ ਕਰਦਾ ਉਹ ਜ਼ੱਟ ਆ ਦੁੱਧ ਵੇਚਣਾ ਪੁੱਤ ਵੇਚਣ ਦੇ ਬਰਾਬਰ ਹੁੰਦਾ ਜਾ ਕੇ ਜ਼ਮੀਨ ਵੇਚਣੀ ਮਾਂ ਵੇਚਣ ਦੇ ਬਰਾਬਰ ਹੁੰਦੀ ਆ ਇਹ ਜਿਹੜੇ ਹੈਗੇ ਆ ਇਹ 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 ਠਿੱਕੇ ਪੈਗੇ ਪਿੱਛੇ ਪੈਗੇ ਜਾ ਕੇ ਹੁਣ ਕੋਈ ਜ਼ਮੀਨ ਵੇਚਦਾ ਤਾਂ ਕੋਈ ਇਦਾਂ ਨਹੀਂ ਸਮਝਿਆ ਜਾਂਦਾ ਬੰਨ ਕੋਈ ਬਹੁਤ ਮਾੜੀ ਗੱਲ ਕਰ ਦਿੱਤੀ ਹੈਗੀ ਹੈ ਫਿਰ ਸਭ ਜੀ ਆਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵੈਲਕਮ ਥੈਂਕ ਯੂ ਜਿੰਦਾ ਥੈਂਕਸ ਆ ਮੈਂ ਇੱਕ ਪਿਛਲੇ ਪਿਛਲੇ ਵੀਕ ਮੈਨੂੰ ਜਿਮ 'ਚ ਇੱਕ ਬੰਦੇ ਆਏ ਮੈਨੂੰ ਕਹਿੰਦੇ ਇੱਕ ਬੇਨਤੀ ਕਰਨੀ ਹੈ ਜੀ ਹਮਮ ਮੈਂ ਕਿਹਾ ਦੱਸਿਆ ਕਿ ਕਹਿੰਦੇ ਪੇ ਤੁਸੀਂ ਰਜਿੰਦਰ ਸਿੰਘ ਨੂੰ ਥਿੰਨ ਸਾਹਿਬ ਨਾ ਕਿਹਾ ਕਰੋ ਹਮ ਗਲਤ ਠੀਕ ਹੈ ਉਹਨਾਂ ਦੀ ਕਿਉਂਕਿ ਉਹ ਤੁਹਾਤੋਂ ਉਮਰ 'ਚ ਬਹੁਤ ਛੋਟੇ ਆ ਇਸ ਕਰਕੇ ਥਿੰਨ ਸਾਹਿਬ ਨਾ ਕਿਹਾ ਕਰੋ ਮੈਂ ਕਿਹਾ ਉਮਰ ਤਾਂ ਛੋਟੇ ਆਗੇ ਪਰ ਅਕਲ ਛੋਟੇ ਨਹੀਂ ਹੈ ਨਹੀਂ ਨਹੀਂ ਤੇ ਉਹ ਕਹਿੰਦੇ ਹਾਂ ਚਲੋ ਅਕਲ ਤਾਂ ਛੋਟੇ ਨਹੀਂ ਹੈ ਕਹਿੰਦੇ ਤੇ ਪਰ ਫੇਰ ਵੀ ਤੁਸੀਂ ਜਾਣੀ ਕਿਉਂਕਿ ਉਹ ਉਮਰ ਇੰਨੀ ਛੋਟੀ ਆ ਤੁਸੀਂ ਥਿੰਨ ਸਾਹਿਬ ਨਾ ਕਿਹਾ ਕਰੋ ਮੈਂ ਕਿਹਾ ਵੀ ਇਹ ਤਾਂ ਗਲਤ ਹੀ ਹੈ ਵੀ ਉਮਰ ਤਾਂ ਉਹਨਾਂ ਦੀ ਹੁਣ ਮੇਰੇ ਬੇਟਿਆਂ ਵਰਗੀ ਔਰ ਹੈ ਵੀ ਮੇਰੇ ਬੇਟੇ ਵਰਗੇ ਹੋ ਔਰ ਬੇਟੇ ਨੂੰ ਸਾਹਵ ਕਹਿੰਦਾ ਬੰਦਾ ਚੰਗਾ ਵੀ ਨਹੀਂ ਲੱਗਦਾ ਇਹ ਵੀ ਇਹ ਵੀ ਠੀਕ ਆ ਪਰ ਉਹ ਮੈਂ ਕਿਹਾ ਹੁਣ ਮੈਂ ਪਿਛਲੇ 25 ਸਾਲਾਂ ਤੋਂ ਕਹਿੰਦਾ ਆ ਰਿਹਾ ਹਾਂ ਹੁਣ ਮੇਰੇ ਮੂੰਹ ਚੜ ਗਿਆ ਮੈਂ ਕਿਹਾ ਹੁਣ ਮੇਤੋਂ ਉਹ ਉਹ ਨਹੀਂ ਰਿਹਾ ਜਿਹੜਾ ਸੰਬੋਧਨ ਦਿੰਦੀ ਹੈ ਜੀ ਤੇ ਪਰ ਉਹ ਮੈਂ ਕਿਹਾ ਵੀ ਮੈਂ ਹੁਣ ਗੱਲ ਕਰੂੰਗਾ ਪਰ ਹਮੇਤੋਂ ਹੌਲੀ ਹੌਲੀ ਹੁਣ ਉਹਨੂੰ ਪਤਾ ਨਹੀਂ ਕਿੰਨਾ ਚਿਰ ਆਲਾ ਹੁਣ ਮੋੜਨੀ ਨਹੀਂ ਗੱਲ ਪਰ ਕੋਈ ਗੱਲ ਨਹੀਂ ਮੈਂ ਕਿ ਕਰਾਂਗਾ ਕਰ ਦਿੱਤੇ ਅੱਛਾ ਮੈਂ ਸਭ ਗੱਲ ਮੈਂ ਕਰਨਾ ਚਾਹੁੰਦਾ ਸੀ ਜ਼ਮੀਨ ਦੀ ਜ਼ਮੀਨ ਨਾਲ ਮਨੁੱਖ ਦਾ ਰਿਸ਼ਤਾ ਜਿਹੜਾ ਉਹ ਬੜਾ ਗੂੜਾ ਰਿਸ਼ਤਾ ਹੈ ਜ਼ਮੀਨ ਦੇ ਛੇ ਦੇਖ ਲੋ ਕਿੰਨੇ ਹੀ ਬੰਦੇ ਆਏ ਚਲੇ ਗਏ ਜ਼ਮੀਨ ਉੱਥੇ ਦੀ ਉੱਥੇ ਆ ਲੇਕਿਨ ਜਿਹੜੇ ਖੇਤੀ ਕਰਨ ਵਾਲੇ ਲੋਕ ਆ ਉਹਨਾਂ ਦਾ ਇੰਨਾ ਮੋਹ ਮੁਹੱਬਤ ਹੈ ਜ਼ਮੀਨ ਦੇ ਨਾਲ ਜ਼ਮੀਨ ਦੇ ਉੱਤੇ ਕਰ ਪਾਉਣਾ ਜ਼ਮੀਨ ਦੇ ਟੁਕੜੇ ਪਿੱਛੇ ਕਿੰਨੇ ਹੀ ਬੰਦੇ ਮਰ ਗਏ ਆ ਤੁਸੀਂ ਜ਼ਮੀਨ ਨੂੰ ਕਿਵੇਂ ਵੇਖਦੇ ਹੋ ਤਨ ਸਾਹਿਬ ਜੀ ਆਪਾਂ ਥੋੜਾ ਜਿਆ ਕਿਉਂਕਿ ਪਿੱਛੇ ਜਾਈਏ ਨਾ ਦੇਖੇ ਜਾ ਕੇ ਇਹਦੀ ਜ਼ਮੀਨ ਦੀ ਹਿਸਟਰੀ ਦੇ ਵਿੱਚ ਪਿੱਛੇ ਜਾਈਏ ਤਾਂ ਜ਼ਮੀਨ ਇੱਕ ਸਮਾਂ ਉਹ ਸੀ ਜਿਹਦਾ ਤੁਸੀਂ ਕਹੇ ਇਹ ਤਾਂ ਮੁਸ਼ਕਲ ਹੈ ਪੱਕੀ ਹੈ ਜੀ ਇਹ ਤਾਂ ਇਦੇ ਰੰਦੀ ਹੈ ਜਾ ਕੇ ਇੱਕ ਸਮਾਂ ਸੀਗਾ ਜਿਸ ਵੇਲੇ ਜ਼ਮੀਨ ਦੀ ਕੋਈ ਹੱਦਬੰਦੀ ਨਹੀਂ ਸੀ ਹੈ ਕੁਛ ਨਹੀਂ ਸੀ ਹੈ ਸਾਰੀ ਜ਼ਮੀਨ ਸਾਰਿਆਂ ਦੀ ਸੀ ਸਾਂਝੀ ਸੀ ਉੱਤੇ ਕਿਸੇ ਦਾ ਕੋਈ ਕਬਜ਼ਾ ਹੀ ਨਹੀਂ ਸੀ ਹੈ ਉਈ ਜ ਹੰਟਰ ਸਟੇ ਸੀ ਜਿਸ ਵੇਲ ਇਨਸਾਨ ਆਪਣਾ ਗੁਜ਼ਾਰਾ ਸ਼ਿਕਾਰ ਕਰਕੇ ਕਰਦਾ ਸੀ ਔਰ ਮਰਜ਼ੀ ਸ਼ਿਕਾਰ ਕਰ ਸਕਦਾ ਹਾਂ ਜਿਸ ਵੇਲੇ ਉਹ ਗੁਫਾਵਾਂ ਦੇ ਵਿੱਚ ਰਹਿੰਦਾ ਸੀਗਾ ਤੇ ਉਹ ਜਿੱਥੇ ਮਰਜ਼ੀ ਚਲੇ ਜਾਵੇ ਜੋ ਮਰਜ਼ੀ ਉਹ ਕਰੀ ਜਾਵੇ ਉਸ ਵੇਲੇ ਜਾ ਕੇ ਕੋਈ ਹੱਦਬੰਦੀ ਨਹੀਂ ਸੀ ਕੋਈ ਬਾਰਡਰ ਲਾਈਨ ਕੋਈ ਬਾਰਡਰ ਥਿੰਸ ਆ ਹੋਰ ਮੈਂ ਤੁਹਾਨੂੰ ਦੱਸਾਈ ਦੇਤੇ ਉਸ ਵੇਲੇ ਜ਼ਮੀਨ ਵੀ ਸਾਰੇ ਐਦਾਂ ਹੀ ਸੀਗੀ ਜਾ ਕੇ ਇਨਸਾਨ ਵੀ ਸਾਰੇ ਇਦਾਂ ਦੇ ਸਾਰੇ ਬੰਦੇ ਸੇ ਸਾਰੀਆਂ ਔਰਤਾਂ ਸੀਆਂ ਕੋਈ ਉੱਥੇ ਸਮਾਜਿਕ ਰੂਲ ਨਸੀ ਬੱਜੇ ਹਜੇ ਉੱਥੇ ਜਾਨੀ ਉਹ ਜਿਸ ਵੇਲੇ ਜਿਹੜੀ ਹੁਣ ਇਨਸਾਨ ਦੀ ਫਿਜ਼ੀਕਲ ਨੀਡ ਵੀ ਆ ਉਹ ਵੀ ਉਹ ਦੂਜੀ ਪਾਰਟਨ ਦੇ ਨਾਲ ਜਦੋਂ ਉਹਦਾ ਦਿਲ ਕਰੇ ਕਰ ਲੈਂਦਾ ਸੀ ਜਾਂ ਨਹੀਂ ਕਰ ਲੈਂਦਾ ਸੀਗਾ ਜਾ ਕੇ ਉਹਦੇ ਤੇ ਕੋਈ ਰੂਲ ਨਸੀ ਜਿੱਦਾਂ ਜਾਨਵਰਾਂ ਚ ਜਿੱਦਾਂ ਜਾਨਵਰਾਂ ਚ ਇਦਾਂ ਰਹਿੰਦੇ ਸੇ ਸਾਰੇ ਬੰਦੇ ਸਾਰੀਆਂ ਔਰਤਾਂ ਇਹ ਏਸੀ ਉਹ ਸਾਰੀ ਜ਼ਮੀਨ ਉਹ ਉਹ ਨਹੀਂ ਸੀ ਉਸਾਰੇ ਸੰਜ ਅਰਥ ਉਹ ਰਹਿਣ ਹੋਗੇ ਉਹ ਮਾਰਕਸ ਨੇ ਉਸ ਪੀਰੀਅਡ ਨੂੰ ਪ੍ਰਿਮਿਟਿਵ ਕਾਮੂਨਿਜ਼ਮ ਦਾ ਨਾਮ ਦਿੱਤਾ ਅੱਛਾ ਤੇ ਉਹ ਸਾਰਿਆਂ ਦਾ ਸਭ ਕੁਝ ਇਹ ਸੰਝਾ ਕਿਸੇ ਦਾ ਕਿਸੇ ਤੇ ਕਬਜ਼ਾ ਨਹੀਂ ਇਹ ਹਾਲ ਸੀ ਉਸ ਵੇਲੇ ਜੇ ਜ਼ਮੀਨ ਪਹਿਲਾਂ ਜ਼ਮੀਨ ਦੀ ਹਾਲ ਤੇ ਸੀ ਕੋਈ ਬਾਉਂਡਰੀ ਨਹੀਂ ਸੀ ਕੋਈ ਹੱਦਬੰਦੀ ਨਹੀਂ ਸੀ ਹੈਗੀ ਜੀ ਅੱਛਾ ਉਹਦੇ ਵਿੱਚ ਦੋ ਚੀਜ਼ਾਂ ਦੇਖਣ ਵਾਲੀ ਗੱਲ ਆ ਤੇ ਜਸਵਾਲੇ ਪ੍ਰੋਪਰਟੀ ਪ੍ਰਾਈਵੇਟ ਪ੍ਰੋਪਰਟੀ ਦਾ ਕਨਸੈਪਟ ਆਇਆ ਨਾ ਤਾਂ ਪਹਿਲਾਂ ਜ਼ਮੀਨ ਆਈ ਉਹਦੇ 'ਚ अच्छा जमीन और फलदार के درخت ਜਿਹਨਾਂ ਤੇ ਇਨਸਾਨ ਨੇ ਕੋਸ਼ਿਸ਼ ਕੀਤੀ ਹੈ ਜਾ ਕੇ اور ਸਭ ਤੋਂ ਪੁਰਾਣਾ ਜਿਹੜੀ ਪ੍ਰਾਪਰਟੀ ਦਾ ਕਨਸੈਪਟ ਹੈ ਉਹ ਜ਼ਮੀਨ ਆ। ਔਰ ਸਭ ਤੋਂ ਪੁਰਾਣਾ ਜਿਹੜਾ ਸਮਾਜਿਕ ਇੰਸਟੀਟਿਊਸ਼ਨ ਉਹ ਪਰਿਵਾਰ ਆ। ਕਿਉਂਕਿ ਪਰਿਵਾਰ ਸਭ ਤੋਂ ਪਹਿਲਾਂ ਆਇਆ। ਜੀ ਜੀ ਚਾਹੇ ਇਨਸਾਨ ਬੰਦਾ ਨਾ ਸੀ ਉਹਦੇ ਵਿੱਚ ਔਰਤ ਪ੍ਰધાન ਪ੍ਰਦਾ ਨਹੀਂ ਸੀਗਾ ਪਰਿਵਾਰ ਸੀਗਾ ਪਰ ਉਹ ਸਭ ਤੋਂ ਪੁਰਾਣਾ ਸੀਗਾ ਉਸ ਵੇਲੇ। ਸੋ ਉਸ ਵੇਲੇ ਜਿਸ ਵੇਲੇ ਹੋਂਦ ਵਿੱਚ ਇਹ ਜਸ ਪ੍ਰਾਈਵੇਟ ਪ੍ਰਾਪਰਟੀ ਬਣੀ ਪ੍ਰਾਈਵੇਟ ਪ੍ਰਾਪਰਟੀ ਉਹ ਬਣੀ ਜਿਸ ਵੇਲੇ ਇਨਸਾਨ ਨੂੰ ਥੋੜਾ ਥੋੜਾ ਖੇਤੀ ਦਾ ਪਤਾ ਲੱਗਣ ਲੱਗ ਪਿਆ ਜਦੋਂ ਉਹਨੂੰ ਖੇਤੀ ਦਾ ਪਤਾ ਲੱਗਿਆ ਉਹਨ ਦੇਖਿਆ ਪਿਆ ਆ ਜਿਹੜੇ ਦਰਿਆਵਾਂ ਦੇ ਕੰਢਿਆਂ ਉੱਤੇ ਕਈ ਜੇ ਬੂਟੇ ਉੱਗੇ ਹੋਏ ਆ ਜਿਹੜੇ ਖਾਣਕ ਦੇ ਤੌਰ ਤੇ ਖਾਧੇ ਜਾ ਸਕਦੇ ਆ ਜਿੱਦਾਂ ਆਪਣੇ ਗਰਾਮ ਸੇ ਛੋਲੇ ਸਿਗੇ ਉਹ ਚੱਬ ਲੈਣੇ ਉਹਨਾਂ ਜਾ ਕੇ ਉਹਨੂੰ ਪਤਾ ਫੇ ਉਹਨਾਂ ਨੂੰ ਪਤਾ ਲੱਗਿਆ ਪਈ ਬੀਜ ਹੋ ਗਏ ਆ ਖੇਤੀ ਦਾ ਆਗਾਜ਼ ਹੋਇਆ 15 ਸਾਲ ਲੱਗ ਗਏ ਇਸ ਕਰ। ਵਾੜੇ ਤੋਂ ਉਦੋਂ ਪਏ ਜਦੋਂ ਜਮਾ ਕਰਨਾ ਸਿੱਖ ਲਿਆ। ਹਾਂ ਜਦੋਂ ਇਹ ਪਹਿਲਾਂ ਸ਼ੁਰੂ ਉੱਥੋਂ ਹੋਇਆ ਜਿਸ ਵੇਲੇ ਉਹਨਾਂ ਨੂੰ ਖੇਤੀ ਦਾ ਪਤਾ ਲੱਗਿਆ ਕਿ ਕੋਈ ਚੀਜ਼ ਹੈਗੀ ਔਰ ਫਿਰ ਜਮਾ ਦਿੱਤਾ ਤੁਸੀਂ ਕਿ ਜਮਾ ਕੀਤੀ ਜਾ ਸਕਦੀ ਹੈ। ਉਹ ਜਿਸ ਵੇਲੇ ਉਹ ਹੋਇਆ ਜੀ ਫਿਰ ਉਹਨੂੰ ਜ਼ਮੀਨ ਦੀ ਲੋੜ ਪਈ। ਹੁਣ ਆਮ ਤੌਰ ਤੇ ਤੁਸੀਂ ਤੁਹਾਨੂੰ ਯਾਦ ਹੋਣਾ ਪੰਜਾਬ ਵਿੱਚ ਆਮ ਗੱਲ ਕਰਦੇ ਹ ਜੀ ਇਹ ਸਾਰੇ ਝਗੜੇ ਤਾਂ ਜ਼ਰ ਜ਼ੋਰੂ ਜ਼ਮੀਨ ਦੇ ਹੀ ਆ। ਬਿਲਕੁਲ। ਠੀਕ ਹੈ ਨਾ। ਅੱਛਾ ਇੱਕ ਮੈਂ ਦੱਸਦਾ ਜ਼ਰ ਜ਼ੋਰੂ ਦੇ ਝਗੜੇ ਬਾਅਦ ਚ ਪਏ ਆ। ਪਹਿਲਾ ਜ਼ਮੀਨ ਦਾ ਝਗੜਾ ਪਿਆ ਹਮ ਸਭ ਤੋਂ ਪਹਿਲਾਂ ਜਿਹੜਾ ਬੰਦਾ ਦੇਖੋ ਉਸ ਵੇਲੇ ਜਦ ਹੰਟਰ ਸਟੇਜ ਦੇ ਉੱਤੇ ਬੰਦਾ ਜਿਹੜਾ ਆ ਉਹ ਬੰਦੇ ਨਾਲ ਨਹੀਂ ਲੜਦਾ ਹੈ ਜਾਨਵਰਾਂ ਨਾਲ ਜਾਨਵਰਾਂ ਨਾਲ ਲੜਦਾ ਸੀ ਉਸ ਵੇਲੇ ਇਨਸਾਨ ਦਾ ਇਨਸਾਨ ਨਾਲ ਕੋਈ ਝਗੜਾ ਨਹੀਂ ਸੀ ਹੁੰਦਾ ਜਾ ਕੇ ਉਹ ਬੰਦਾ ਕਈ ਵਾਰ ਜਾਨਵਰਾਂ ਨੇ ਘੇਰਾ ਪਾ ਕੇ ਉਹਨੂੰ ਮਾਰ ਲੈਣਾ ਕਈ ਵਾਰ ਬੰਦਿਆਂ ਨੇ ਇਕੱਠੇ ਹੋ ਕੇ ਉਹ ਜਾਨਵਰ ਘੇਰ ਕੇ ਮਾਰਦਾ ਇਦਾਂ ਚ ਚੱਲਦਾ ਸੀ ਪਰ ਜਿਸ ਵੇਲੇ ਜ਼ਮੀਨ ਪ੍ਰਾਈਵੇਟ ਪ੍ਰੋਪਰਟੀ ਬਣੀ ਫਿਰ ਬੰਦਾ ਬੰਦੇ ਨੂੰ ਮਾਰਨ ਲੱਗਾ ਜੀ अच्छा अच्छा। ਉਤੋਂ ਵੇ ਸ਼ੁਰੂ ਹੋਇਆ ਜਿਸ ਵੇ ਪ੍ਰਾਪਰਟੀ ਇਨਸਾਨ ਦੇ ਇਨਸਾਨ ਨੂੰ ਕਦੋਂ ਕਤਲ ਕਰਨਾ ਸ਼ੁਰੂ ਕੀਤਾ ਇਹ ਉਹ ਕਤਲ ਕਰਨਾ ਸ਼ੁਰੂ ਕੀਤਾ ਜਿਸ ਵੇ ਜ਼ਮੀਨ ਪ੍ਰਾਈਵੇਟ ਪ੍ਰਾਪਰਟੀ ਦੇ ਤੌਰ ਤੇ ਹੋਂਦ ਵਿੱਚ ਆ ਗਈ। ਯਾ ਇਹ ਵੀ ਨਿੱਜੀ ਮੇਰਾ ਕਬਜ਼ਾ ਹੈ। ਇਹ ਮੇਰੀ ਜ਼ਮੀਨ ਹੈ। ਇਹ ਇਹ ਮੇਰੀ ਔਰਤ ਹੈ ਇਹ ਬਾਤ ਚ ਗੱਲ ਆਈ ਆ। ਹੂੰ ਇਹ ਬਾਤ ਚ ਆਈ ਆ ਪਹਿਲਾਂ ਪਹਿਲਾਂ ਦੇ ਸੀ ਨਾ ਮੈਂ ਇਸ ਔਰਤ ਦਾ ਬੰਦਾ ਹਾਂ। ਹਾਂ ਇਹ ਇਸ ਔਰਤ ਦਾ ਬੰਦਾ ਵੀ ਨਾ ਸੀ। ਸਾਰੀਆਂ ਔਰਤਾਂ ਦੇ ਸਾਰੇ ਬੰਦੇ ਸੀ। ਪਤਾ ਹੀ ਨਹੀਂ ਸੀ ਉਸ ਵੇਲੇ ਫਾਦਰਹੁੱਡ ਦਾ ਪਤਾ ਹੀ ਨਹੀਂ ਹੁੰਦਾ ਜਾ ਕੇ ਪੇ ਬਾਪ ਕੌਣ ਹੈ ਕਿਸੇ ਨੂੰ ਪਤਾ ਨਹੀਂ ਸੀ ਇਹ ਤਾਂ ਔਰਤ ਨੇ ਫਿਰ ਬਾਅਦ ਦੇ ਵਿੱਚ ਬੰਦੇ ਨੂੰ ਬੰਨਿਆ ਨਾ ਪੇ ਔਰਤ ਨੇ ਔਰਤ ਨੂੰ ਪਤਾ ਲੱਗਿਆ ਪੇ ਬੰਦੇ ਦਾ ਬੱਚੇ ਦਾ ਜਨਮ ਇਦਾਂ ਹੁੰਦਾ ਤਾਂ ਉਹਦੇ ਵਿੱਚ ਉਹ ਫਿਰ ਨੂੰ ਪਤਾ ਲੱਗਾ ਪੇ ਐਸ ਬੰਦੇ ਦੇ ਸੰਪਰਕ ਵਿੱਚ ਆਉਣ ਦੇ ਨਾਲ ਇਹ ਜਨਮ ਹੋਇਆ ਫਿਰ ਉਹਨਾਂ ਨੂੰ ਬੰਨਿਆ ਪੇ ਇੱਥੇ ਪਰਿਵਾਰ 'ਚ ਬੰਨ ਜਿਹੜਾ ਆਪਾਂ ਅੱਗੇ ਗੱਲ ਕੀਤੀ ਸੀ ਉਹਦਾ ਪਾਲਤੂ ਕਰਨ ਫਿਰ ਬੰਦੇ ਦਾ ਔਰਤ ਨੇ ਕੀਤਾ ਡੋਮੈਸਟੀਕੇਸ਼ਨ ਉਹਦੀ ਪੇ ਇੱਥੇ ਇੱਥੇ ਬਾਜੇ ਤੇਰੇ ਵੀ ਬੱਚੇ ਆ ਇਨਾ ਦਾ ਖਿਆਲ ਰੱਖ ਉੱਥੋਂ ਸ਼ੁਰੂ ਹੋਇਆ ਪਰ ਪਹਿਲਾ ਪ੍ਰਧਾਨ ਕਿਹੜਾ ਸੀ ਪਹਿਲਾ ਮਦਰ ਪ੍ਰਧਾਨ ਸੀ ਜਾ ਕੇ ਮਦਰ ਕੰਟਰੋਲ ਕਰਦੀ ਸੀ ਸਾਰੀ ਆਪਣੇ ਪਰਿਵਾਰ ਕਬੀਲੇ ਨੂੰ ਪਰਿਵਾਰ ਨੂੰ ਕੰਟਰੋਲ ਕਰਦੀ ਸੀ ਜਦੋਂ ਕਬੀਲੇ ਹੋਂਦ ਵਿੱਚ ਆਏ ਆ ਫਿਰ ਆਦਮੀ ਦੀ ਉੱਪਰ ਤੋਖੇ ਕਿ ਉੱਥੇ ਜ਼ੋਰ ਦਾ ਕੰਮ ਆਉਣ ਲੱਗ ਪਿਆ ਫਿਰ ਪ੍ਰਾਪਰਟੀ ਦਾ ਕਤਲ ਹੋਣੇ ਸ਼ੁਰੂ ਹੋਇਆ ਜਦੋਂ ਪ੍ਰਾਪਰਟੀ ਹੋਂਦ ਚ ਆਈ ਆ ਫਿਰ ਕਤਲ ਹੋਣੇ ਸ਼ੁਰੂ ਹੋ ਗਏ ਇਹ ਮੇਰੀ ਜ਼ਮੀਨ ਆ ਤੂੰ ਇਹਦੇ ਤੇ ਕਬਜ਼ਾ ਨਹੀਂ ਕਰ ਤੂੰ ਨਹੀਂ ਕਰ ਸਕਦਾ ਫਿਰ ਉਹਦੇ ਲਈ ਇਨਸਾਨ ਨੇ ਬੰਦੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਜਿਹੜਾ ਤਕੜਾ ਸੀ ਚਾਰ ਬੰਦੇ ਹੋਰ ਨਾਲ ਲੈ ਲੈ ਜਾ ਕੇ ਉਹਤੇ ਕਬਜ਼ਾ ਫੇਰ ਕਰਦਾ ਇਤੋਂ ਫਿਰ ਪਹਿਲਾ ਜਿਹੜਾ ਆਪਾਂ ਕਹਿ ਸਕਦੇ ਆ ਇਹ ਜ਼ਮੀਨ ਤੋਂ ਜਿਹੜੀ ਹੈਗੀ ਹੈ ਇਨਸਾਨ ਨੇ ਇਨਸਾਨ ਨੂੰ ਕਤਲ ਕਰਨ ਦੀ ਸਭ ਤੋਂ ਪਹਿਲੀ ਜਿਹੜੀ ਪ੍ਰਾਣੀ ਵਜਾ ਆ ਉਹ ਜ਼ਮੀਨ ਹੈ ਜੇ ਤੁਸੀਂ ਕਹੇ ਕਤਲ ਬਹੁਤ ਹੁੰਦੇ ਆ ਉੱਥੋਂ ਸ਼ੁਰੂ ਹੋਇਆ ਜੀ ਜ਼ਾਰ ਔਰ ਜ਼ੂਰੂ ਇਹਦੇ ਵਿੱਚ ਬਾਅਦ ਚ ਫੇਰ ਕਤਲ ਹੋਇਆ ਬਈ ਇਹ ਮੇਰੀ ਦੇਖੋ ਇਹ ਜ਼ਮੀਨ ਪਹਿਲਾਂ ਮੇਰੀ ਆ ਇਹ ਔਰਤ ਵੇ ਦੀ ਬਾਹਰ ਦੇ ਵਿੱਚ ਆਈ ਹੈ ਅੱਛਾ ਫਿਰ ਜ਼ਰਤਾ ਚਲੋ ਬਾਤ ਦੀ ਗੱਲ ਹੈ ਫਿਰ ਉਹਨਾਂ ਨੇ ਆਪਣੇ ਬਾਰਡਰ ਲਾਈਨਸ ਬਣਾ ਲਈਆਂ ਉਸ ਤੋਂ ਬਾਅਦ ਇਹਦੇ ਵਿੱਚ ਤੁਹਾਨੂੰ ਮੈਂ ਦੱਸਣਾ ਜੀ ਇਹਦੇ ਵਿੱਚ ਮਹਾਤਮ ਬੁੱਧ ਦਾ ਇੱਕ ਕਥਨ ਹੈ ਉਹਦੇ ਵਿੱਚ ਉਹ ਕਹਿੰਦੇ ਆ ਮੈਂ ਤਾਂ ਅੰਗਰੇਜ਼ੀ ਚ ਬੋਲਿਆ ਸੀਗਾ ਜੀ ਅ ਅਰਥ ਲਾਫ ਸੈਟ ਦੋਸ ਹੂ ਸੇਜ਼ ਥਿਸ ਲੈਂਡ ਇਜ਼ ਮਾਈਨ ਉਹ ਕਹਿੰਦੇ ਜ਼ਮੀਨ ਉਹਨਾਂ ਬੰਨੇ ਦੀ ਹੱਸਦੀ ਆ ਜਿਹੜੇ ਕਹਿੰਦੇ ਆ ਇਹ ਜ਼ਮੀਨ ਮੇਰੀ ਹੈ ਜ਼ਮੀਨ ਨਹੀਂ ਤਾਂ ਮਾਲਕ ਬਹੁਤ ਦੇਖੇ ਆਪਣੇ ਆਏ ਗਏ ਉਹ ਜ਼ਮੀਨ ਨੂੰ ਤਾਂ ਪਤਾ ਆ ਬਈ ਇਵੇਂ ਹੀ ਹੱਸੀ ਜਾਂਦਾ ਹੁਣ ਵੀ ਮੇਰੀ ਜ਼ਮੀਨ ਹੈਗੀ ਆ ਇਹ ਉਹ ਜ਼ਮੀਨ ਨੂੰ ਪਤਾ ਫਿਰ ਇਹ ਤਾਂ ਥੋੜੇ ਤਾਂ ਕੰਟਰੈਕਟ ਹੈ ਇਹਦਾ 80 70 80 ਸਾਲ ਦੇ ਲਈ ਆ ਇਹਦੇ ਕੋਲ ਫਿਰ ਇਹ ਕਿਸੇ ਹੋਰ ਕੋ ਚੱਲ ਜਾਣੀ ਹੈ ਜਾਂ ਕੀ ਥੀ ਇਸ ਇਸ ਤਰ੍ਹਾਂ ਜਿਹੜਾ ਕੋਇਟਰੀ ਡੇ ਵੀ ਆ ਪੋਇਟਰੀ ਦੇ ਵਿੱਚ ਬਾਰ-ਬਾਰ ਇਹ ਗੱਲ ਜ਼ਿਕਰ ਆਉਂਦੀ ਪਰ ਸਾਹਿਬ ਹਾਂਜੀ ਕਿ ਦੋਗਾ ਜ਼ਮੀਨ ਵੀ ਨਾ ਮਿਲੀ ਆ ਦੇਖੋ ਵੀ ਇੱਕ ਬੰਦੇ ਨੂੰ ਇਵੈਂਚੁਅਲੀ ਤਾਂ ਥੋੜੀ ਜੀ ਜ਼ਮੀਨ ਚਾਹੀਦੀ ਹੈ ਜਿਹਦੇ ਚ ਉਹਨੂੰ ਦਫਨਾਉਣਾ ਜਾਂ ਦੱਬਣਾ ਜਾਂ ਫੂਕਣਾ ਜਾਂ ਜਿੱਥੇ ਵੀ ਉਸ ਨੂੰ ਤင် ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆਪਾਂ ਅਗੇ ਅਲੈਗਜ਼ੈਂਡਰ ਦੀ ਕਈ ਵਾਰ ਗੱਲ ਕੀਤੀ ਹੈ ਤੇ ਆਪਾਂ ਇਹ ਵੀ ਇੱਕ ਵਾਰ ਕੀਤੀ ਸੀ ਕਿ ਅਲੈਗਜ਼ੈਂਡਰ ਨੇ ਆਪਣੀਆਂ ਤਿੰਨ ਖਾਹਿਸ਼ਾਂ ਰੱਖੀਆਂ ਸੀਗੀਆਂ ਤੇ ਇੱਕਦਮ ਮਸ਼ਹੂਰ ਹੈ ਕਿ ਮੇਰੇ ਜਿਹੜੀਆਂ ਬਹਾਂਵਾਰ ਕੱਢ ਦਿਓ ਕਿ ਖਾਲੀ ਹੱਥ ਜਾ ਰਿਹਾ ਇੱਕ ਇਹ ਸਗਾ ਜਾ ਕੇ ਪੇ ਮੇਰੀ ਅਰਥੀ ਨੂੰ ਡਾਕਟਰ ਹੀ ਸਿਰਫ ਜਿਹੜੇ ਹੈਗੇ ਆ ਉਹੀ ਮੋਢਾ ਦੇਣ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਵੇ ਇਹ ਕਿ ਇਸ ਬੰਦੇ ਨੂੰ ਡਾਕਟਰ ਵੀ ਬਚਾ ਨਹੀਂ ਸਕੇ ਬਿਲਕੁਲ ਡਾਕਟਰਾਂ ਦੀ ਕਮੀ ਨਹੀਂ ਸੀ ਇਲਾਜ ਦੀ ਕਮੀ ਵੀ ਡਾਕਟਰ ਲੈ ਜਾਂਦਾ ਹੁੰਦਾ ਸੀ ਨਾਲ ਜਿਸ ਹੁੰਦੇ ਤੇ ਨਾਲ ਉਹ ਨਹੀਂ ਕੈਸੀ ਵੀ ਜਿੱਥੇ ਆ ਰੋਲੇ ਰਾਲੇ ਮੇਰੇ ਰਾਜ ਪਏ ਆ ਫੰਰਲ ਜਿਹੜਾ ਪਾਤ ਸੀਗਾ ਉਹ ਚ ਹੀਰੇ ਮੋਤੀ ਵੀ ਸਿਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਵੇ ਕਿ ਇਹ ਇਸ ਬੰਦੇ ਨੂੰ ਹੁਣ ਕੋਈ ਫਰਕ ਨਹੀਂ ਰਿਹਾ ਇਹ ਰੋੜੇ ਪਏ ਆ ਜਾਂ ਸੋਨਾ ਚਾਂਦੀ ਪਏ ਆ ਅਸੀਂ ਇੱਕ ਮੈਂ ਹੋਰ ਪੜੀ ਜਾ ਕੇ ਉਹ ਉਹ ਅਲੈਗਜ਼ੈਂਡਰ ਨੇ ਕਿਹਾ ਹੁਣ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਕਿਉਂਕਿ ਜਦੋਂ ਮੈਂ ਕਈ ਵਾਰ ਕਿਹਾ ਬਿਹਸਤੀ ਦਾ ਸੱਚ ਕਰਨਾ ਤਾਂ ਬੜਾ ਔਖਾ ਪਰ ਜਿਹੜੀ ਸੀ ਅਲੈਗਜ਼ੈਂਡਰ ਨੇ ਕਹਿੰਦੇ ਜਿਸ ਵੇਲੇ ਐਂਡੋ ਦਾ ਹੋਣ ਲੱਗਾ ਨਾ ਜੀ 323 BC ਵਿੱਚ ਮਰਨ ਲੱਗਾ ਜੀ ਤਾਂ ਮਰਨ ਲੱਗਾ ਕਹਿੰਦੇ ਉਹ ਦੇਖੇ ਜੀ ਤਾਂ ਉਹਨ ਫਿਰ ਕਹਿੰਦੇ ਇਹ ਕਿਹਾ ਅੰਗਰੇਜ਼ੀ ਚ ਉਹਦਾ ਦੇਹ ਸੀਗਾ ਪਈ ਅ ਇਹ ਟੋਮਬ ਇਜ਼ ਇਨਫ ਫੋਰ ਹோம் ది ਹੋਲ ਵਰਲਡ ਵਾਸ ਨਾਟ ਇਨਫ ਉਹ ਕਹਿੰਦਾ ਵੀ ਹੁਣ ਇਸ ਵੇਲੇ ਇੱਕ ਕਬਰ ਜਾਂ ਮਕਬਰਾ ਹੀ ਉਹਦੇ ਲਈ ਕਾਫੀ ਆ ਉਸ ਬੰਦੇ ਲਈ ਜਿਹੜਾ ਸਾਰੀ ਦੁਨੀਆ ਨੂੰ ਵੀ ਜਿੱਤ ਕੇ ਸੈਟੀਸਫਾਈ ਨਹੀਂ ਹੋਇਆ ਜਿਹੜਾ ਕਹਿੰਦਾ ਸੀ ਸਾਰੀ ਦੁਨੀਆ ਵੀ ਮੇਰੇ ਲਈ ਅਨਾਫੀ ਹੈ ਹੁਣ ਉਹਦੇ ਲਈ ਕਹਾ ਅਨਾਫੀ ਹੈ ਬਾਕੀ ਉਹ ਤੁਹਾਨੂੰ ਤੁਸੀਂ ਵੀ ਪੜੀ ਆ ਉਹ ਜਿਹੜੀ ਉਹ ਕਹਾਣੀ ਬਹੁਤ ਵਧੀਆ ਹੈ ਟੋਲਸਟੋਏ ਦੀ ਹਾਊ ਮੱਚ ਲੈਂਡ ਡਸ ਅ ਮੈਨ ਥੈਟਸ ਰਾਈਟ ਉਹ ਵੀ ਪੜੀ ਆ ਜੀ ਅਰੇ ਇੱਕ ਬਾਅਦ ਫਿਰ ਨਾ ਜੀ ਇਸ ਤਰ੍ਹਾਂ ਦੀਆਂ ਜਿਹੜੀ ਮਾਡਰਨ ਏਜ ਚ ਪ੍ਰਸਪ ਹਾਂਜੀ ਬਲਰਾਜ ਸਾਨੀ ਸਾਹਿਬ ਨੇ ਇੱਕ ਫਿਲਮ ਬਣਾਈ ਦੋ ਬੀ ਗਜ਼ਮੀਨ ਹਾਂ ਔਰ ਉਹਦੇ ਚ ਕਮਾਲ ਉਹਨਾਂ ਨੇ ਜਿਹੜੀ ਉਹ ਕਲਾਕਾਰ ਤੋਂ ਸੀ ਵਧੀਆ ਹਾਂ ਹਾਂ ਫਿਰ ਉਸ ਤੋਂ ਬਾਅਦ ਹੋਰ ਜ਼ਮੀਨ ਦੇ ਉੱਤੇ ਫਿਲਮਾਂ ਬਹੁਤ ਬੜੀਆਂ ਕਹਾਣੀਆਂ ਬਹੁਤ ਲਿਖੀਆਂ ਗਈਆਂ ਹਾਂ ਔਰ ਖਾਸ ਤੌਰ ਤੇ ਪੰਜਾਬੀ ਸਾਹਿਤ ਦੇ ਵਿੱਚ ਤਾਂ ਪੋਇਟਰੀ ਤੋਂ ਲੈ ਕੇ ਪ੍ਰੋਜ਼ ਤੱਕ ਵੀ ਜ਼ਮੀਨ ਕਿਨੀ ਜੱਟ ਦੇ ਜ਼ਮੀਨ ਇੱਕ ਫਿਲਮ ਵੀ ਬਣੀ ਔਰ ਬੜੀ ਚੱਲੀ ਉਹ ਪੰਜਾਬ ਦੇ ਵਿੱਚ ਹੁਣ ਵੀ ਜਿਹੜੇ ਲਹਿੰਦੇ ਪੰਜਾਬ ਦੇ ਵਿੱਚ ਤੇ ਚੜ੍ਹਦੇ ਪੰਜਾਬ ਦੇ ਵਿੱਚ ਸਾਹਿਬ ਇੱਕ ਇੱਕ ਚੀਜ਼ ਤਾਂ ਮੰਨ ਲੈਣੀ ਚਾਹੀਦੀ ਆ ਵੀ ਜਿਹੜੀ ਆਪਾਂ ਗੱਲ ਅਕਸਰ ਕਰਦੇ ਰਹਿੰਦੇ ਆ ਵੀ ਹਰ ਚੀਜ਼ ਨਾਲ ਜਿਹੜਾ ਰਿਸ਼ਤਾ ਆ ਉਹ ਟਾਈਮ ਬౌੰਡ ਆ ਕੁਝ ਟਾਈਮ ਦੇ ਲਈ ਰਿਸ਼ਤਾ ਆ ਇੱਦਾਂ ਤਾਂ ਤੁਸੀਂ ਕਹਿ ਨਹੀਂ ਸਕਦੇ ਵੀ ਪਰਮਾਨੈਂਟ ਰਿਸ਼ਤਾ ਹਰ ਟਾਈਮ ਬਹੁੰਦਾ ਜ਼ਮੀਨ ਨਾਲ ਵੀ ਰਿਸ਼ਤਾ ਸਾਡਾ ਟਾਈਮ ਬੌਂਡ ਆ ਪਰ ਜ਼ਮੀਨ ਇਮੋਟਰ ਜ਼ਮੀਨ ਇਮੋਟਰ ਅੱਛਾ ਤੁਹਾਨੂੰ ਮੈਂ ਹੋਰ ਇੱਕ ਗੱਲ ਦੱਸਦਾ ਉਹ ਮੈਂ ਤੋਂ ਤਨਗਸਾਲ ਹੋਏ ਜੀ ਮੇਰੇ ਮਿਸ ਇੰਡੀਆ ਗਈ ਤੇ ਉਹ ਸਾਡੇ ਘਰ ਆਏ ਜੀ ਉੱਥੇ ਉਹਦੇ ਵਿੱਚ ਇੱਕ ਭਈਆ ਫੈਮਿਲੀ ਰਹਿੰਦੀ ਆ ਪਿਛਲੇ 40 ਸਾਲ ਤੋਂ ਜੀ ਪ੍ਰਵਾਸੀ ਕੰਮ ਹਾਂਜੀ ਸੂਰਜ ਦੀ ਫੈਮਿਲੀ ਸੂਰਜ ਰਹਿੰਦਾ ਉੱਥੇ ਤੇ ਉਹ ਉਹ ਇਹਨੇ ਕਹਿੰਦੀ ਜਦ ਮੈਂ ਗਈ ਤੇ ਉਹ ਕਹਿੰਦੀ ਕਈ ਘਰ ਕੋਲ ਉੱਥੇ ਪੈ ਗਿਆ ਤਾਂ ਮੈਨੂੰ ਪਤਾ ਨਾ ਲੱਗੇ ਕਿ ਘਾਰ ਕਿੱਧਰ ਤੋਂ ਲੈ ਜਾਣੀ ਆ ਤਾਂ ਮੈਂ ਕਹਿੰਦੀ ਉੱਥੇ ਫਿਰ ਕਿਸੇ ਤੋਂ ਪੁੱਛਿਆ ਵੀ ਪਲਵਾਨਾ ਦੇ ਘਰ ਜਾਣਾ ਕਿੱਥੇ ਆ ਜੋ ਪੁੱਛ ਰਹੇ ਹੋ ਕਿ ਇਹਨੇ ਕਹਿੰਦੀ ਦੱਸਿਆ ਨਹੀਂ ਹੈ ਜਾ ਕੇ ਵੀ ਕਿਹਦੇ ਘਰ ਜਾਣਾ ਕੋਈ ਜਾਣਦਾ ਹੀ ਨਹੀਂ ਸੀ ਕਹਿੰਦੀ ਫੇਰ ਕਹਿੰਦੀ ਮੈਂ ਕਿਹਾ ਪਈ ਨਹੀਂ ਪ੍ਰੋਫੈਸਰ ਕਸ਼ਮੀਰਾ ਸੰਦੇ ਘਰ ਜਾਣਾ ਹੁੰਡੇ ਨਹੀਂ ਕਹਿੰਦੇ ਕੋਈ ਨਹੀਂ ਜਾ ਕੇ ਕਹਿੰਦੀ ਫੇਰ ਮੈਂ ਉਹਨੂੰ ਦੱਸਿਆ ਵੀ ਉੱਥੇ ਗਿਆ ਘਰ ਫਲਾਣੇ ਫਲਾਣੇ ਕਰ ਇੱਕ ਵਿੱਚੋਂ ਕਹਿੰਦਾ ਅੱਛਾ ਤੂੰ ਹੀ ਸੂਰਜ ਦੇ ਘਰ ਜਾਣਾ ਠੀਕ ਅੱਛਾ ਅੱਛਾ ਤੂੰ ਹੀ ਸੂਰਜ ਦੇ ਘਰ ਜਾਣਾ ਸੋ ਇਸ ਕਰਕੇ ਹੁਣ ਉਹ ਘਰ ਸੂਰਜ ਦਾ ਘਰ ਹੋ ਗਿਆ ਫੇਰ ਸੂਰਜ ਦਾ ਵੀ ਰਹਿਣਾ ਨਹੀਂ ਹੈ ਚੱਲੀ ਚੱਲੀ ਜਾਣਾ ਅੱਬ ਇੱਕ ਬ੍ਰੇਕ ਲੈ ਲਈ ਅ ਪ੍ਰਿੰਸੀਪਲ ਸਰ ਤੁਸੀਂ ਇਹਨਾਂ ਗਲਕਰੇਸੀ ਜ਼ਮੀਨ ਦੀ ਹਾਂਜੀ ਫਿਰ ਤਾਂ ਇੱਕ ਮੈਂ ਜਿਹਦਾ ਇਹ ਕਹਿਣਾ ਚਾਹਿਆ ਜਿਹੜੀ ਜ਼ਮੀਨ ਆ ਜ਼ਮੀਨ ਦੀ ਫਿਊਡਲ 에ਜ ਵਿੱਚ ਇੰਪੋਰਟੈਂਸ ਬਹੁਤ ਰਹੀ ਹੈ ਜੀ ਹੂੰ ਇਹਦੀ ਬਹੁਤ ਇੰਪੋਰਟੈਂਸ ਰਹੀ ਹੈ ਜ਼ਮੀਨ ਦੀ ਜ਼ਮੀਨ ਤੇ ਤੁਸੀਂ ਦੇਖੋ ਇੰਨਾ ਸੀ ਵੀ ਹਰ ਚੀਜ਼ ਜ਼ਮੀਨ ਨਾਲ ਬੱਜੀ ਹੁੰਦੀ ਸੀ ਈਵਨ ਤੁਸੀਂ ਦੇਖੋ ਪੰਜਾਬ ਦੇ ਵਿੱਚ ਪੰਜਾਬ ਚ ਕੀ ਬਾਕੀ ਜਗ੍ਹਾ ਦੇ ਵਿੱਚ ਵੀ ਜੇ ਰਿਸ਼ਤੇ ਵੀ ਹੁੰਦੇ ਸੀ ਨਾ ਤਾਂ ਉਹ ਇਹ ਪੁੱਛਦੇ ਸੀ ਵੀ ਜ਼ਮੀਨ ਕਿੰਨੀ ਆ ਹੁਣ ਵੀ ਹਾਂ ਜ਼ਮੀਨ ਕਿੰਨੀ ਆ ਜੀ ਜ਼ਮੀਨ ਤਾਂ ਹੈ ਨਹੀਂ ਇਹਨੂੰ ਹਾਂ ਉਹ ਜ਼ਮੀਨ ਹੈ ਨਹੀਂ ਜ਼ਮੀਨ ਹੈ ਇਹਨੂੰ ਜ਼ਮੀਨ ਸੀ ਹਾਂ ਬੇਸ਼ੱਕ ਉਹ ਕਰੂਪ ਵੀ ਹੋਵੇ ਕੁਝ ਵੀ ਹਾਂ ਉਹਨੂੰ ਬਹੁਤ ਖੂਬਸੂਰਤ ਲੜਕੀ ਦਾ ਰਿਸ਼ਤਾ ਹੋ ਗਿਆ ਰਿਸ਼ਤਾ ਤੇ ਜ਼ਮੀਨ ਕਿੰਨੀ ਆ ਜੀ ਉਹ ਜ਼ਮੀਨ ਵੀ ਤੁਸੀਂ ਦੇਖੋ ਐਸੀਆਂ ਵੈਲਿਊਜ਼ ਇਹਦੇ ਨਾਲ ਬੱਝੀਆਂ ਆ ਜ਼ਮੀਨ ਦੇ ਨਾਲ ਜਾ ਕੇ ਫਿਰ ਉਹ ਪੁੱਛਦੇ ਹੁੰਦੇ ਸੀਗੇ ਜਾ ਕੇ ਭਈ ਜੱਦੀ ਜ਼ਮੀਨ ਕਿੰਨੀ ਆ ਉੱਥੋਂ ਖਾਨਦਾਨ ਦੇਖਦੇ ਹੁੰਦੇ ਸੀ ਸਾਡੇ ਇੱਕ ਤੁਹਾਡੇ ਮੇਰੇ ਦੋਸਤ ਸੇ ਮਾਲਵੇ ਦੇ ਉਹਨਾਂ ਸੋ ਉਹਨਾਂ ਦਾ ਮਾਮਾ ਜਿਹੜਾ ਸੀ ਜੀ ਉਹ ਬਹੁਤ ਜ਼ਿਆਦਾ ਜ਼ਮੀਨ ਸੀ ਉਹ ਦੇਖੋ ਬਹੁਤ ਜ਼ਿਆਦਾ ਜ਼ਮੀਨ ਸੀ ਹੁਣ ਮੈਂ ਨਾ ਨਹੀਂ ਲੈਣੀ ਕਿ ਦਬ ਲੈਣਾ ਸਾਰਿਆਂ ਨੇ ਕੌਣ ਸੇ ਬਹੁਤ ਜ਼ਿਆਦਾ ਜ਼ਮੀਨ ਸੀ ਉਹ ਉਹਨਾਂ ਦੇ ਉਹ ਉਹਨਾਂ ਦੇ ਮੇਰੇ ਦੋਸਤ ਦੀ ਭੈਣ ਦਾ ਰਿਸ਼ਤਾ ਹੋਣ ਲੱਗਾ ਜੀ ਤੇ ਮਾਮਾ ਆ ਕੇ ਮਾਮੇ ਨੇ ਕਿਹਾ ਪਈ ਜ਼ਮੀਨ ਕਿੰਨੀ ਆ ਉਹ ਕਹਿੰਦੇ ਉਹ ਕਹਿੰਦੇ ਜੀ ਇਹ ਮੁੰਡੇ ਨੇ ਪੀ ਐਚ ਡੀ ਕੀਤੀ ਹੋਈ ਆ ਤੇ ਅਮਰੀਕਾ ਵਿੱਚ ਪ੍ਰੋਫੈਸਰ ਆ ਉਹ ਕਹਿੰਦਾ ਮੈਨੂੰ ਨਹੀਂ ਹੈ ਜ਼ਮੀਨ ਕਿੰਨੀ ਆ ਇਹਦੇ ਹਿੱਸੇ ਕਿੰਨੇ ਆ ਇਹਦੇ ਉਹ ਕਹਿੰਦੇ ਜੀ ਜ਼ਮੀਨ ਇਹਦੀ ਹੈਗੀ ਆ ਉਹ ਨਹੀਂ ਦੱਸੀ ਪਈ ਇੰਨੀ ਜ਼ਮੀਨ ਆ ਕਹਿੰਦਾ ਇਹ ਜੱਦੀ ਕਿੰਨੀ ਆ ਹੂੰ ਉਹ ਕਹਿੰਦੇ ਜੀ ਜੱਦੀ ਤਾਂ ਥੋੜੀ ਇਹ ਤਾਂ ਫਿਕਰੀ ਦੀ ਹੋਈ ਹੈ ਨਾ ਕਹਿੰਦਾ ਇਹ ਇਹ ਜੱਦੀ ਤਾਂ ਨਾ ਹੋਈ ਜਾਗੇ ਇਹ ਜੱਦੀ ਨਾ ਜ਼ਮੀਨ ਨਾ ਹੋਵੇ ਮਤਲਬ ਇਦਾਂ ਸਮਝਦੇ ਸਿਆ ਜਾ ਕੇ ਵੀ ਉਹ ਸਾਰਾ ਜਿਹੜਾ ਬੰਦੇ ਦੀ ਵੈਲਿਊ ਜ਼ਮੀਨ ਨਾਲ ਹੀ ਜੁੜੀ ਹੋ ਸੀ ਹਮਮ ਔਰ ਜ਼ਮੀਨ ਨੂੰ ਇੰਨੀ ਇੰਪੋਰਟੈਂਸ ਦਿੱਤੀ ਜਾਂਦੀ ਸੀਗੀ ਜਾ ਕੇ ਵੀ ਇਹ ਇਹ ਤਾਂ ਮਾਂ ਆ ਠੀਕ ਹੈ ਮਾਂ ਦੇ ਮੰਗ ਜ਼ਮੀਨ ਨੂੰ ਸਮਝਿਆ ਜਾਂਦਾ ਸੀਗਾ ਰਿਸ਼ਤੇ ਵੀ ਸਾਰੇ ਖਾਨਦਾਨ ਵੀ ਸਾਰੇ ਜਿੱਦਾਂ ਹੁਣ ਮੈਂ ਪਹਿਲਾਂ ਦੱਸ 10 10 301 ਹੁਣ ਮੈਂ ਗੱਲ ਇਹ ਦਾ ਆ ਕਿ ਹੁਣ ਜਿਹੜੇ ਆਪਣੇ ਸਾਰੇ ਸੁਣਨ ਵਾਲੇ ਆ ਇਹਨਾਂ ਦੇ ਇੰਡੀਆ ਦੇ ਵਿੱਚ ਜ਼ਮੀਨਾਂ ਵੀ ਆ ਘਰ ਵੀ ਆ ਕੋਠੀਆਂ ਵੀ ਆ ਹੁਣ ਇੱਕ ਇਹ ਸਮਝ ਲਓ ਇਹ ਜਾ ਕੇ ਇਹ ਸਾਡਾ ਹੀ ਘਰ ਹੁਣ ਸੂਰਜ ਦਾ ਘਰ ਨਹੀਂ ਇਹ ਸਾਰਿਆਂ ਦੇ ਘਰ ਹੁਣ ਸੂਰਜ ਦੇ ਹੀ ਘਰ ਬਣੇ ਹੋਏ ਆ ਤੈਨ ਜਾ ਕੇ ਇਹ ਤੁਸੀਂ ਐਵੇਂ ਕਹੀ ਜਾਂਦੇ ਆ ਜਾ ਕੇ ਵੀ ਸਾਡੀ ਉੱਤੇ ਕੋਠੀ ਆ ਸਾਡਾ ਉੱਤੇ ਜ਼ਮੀਨ ਆ ਸਾਡੀ ਉੱਤੇ ਜ਼ਮੀਨ ਆ ਇਹ ਵਾਸਤੇ ਤੁਸੀਂ ਮਾਨਸਿਕ ਤੌਰ ਤੇ ਤੁਹਾਨੂੰ ਤਸੱਲੀ ਆ ਵੀ ਤੁਹਾਡੀ ਹੈਗੀ ਆ ਤੁਸੀਂ ਹੁਣ ਉੱਥੇ ਜਾ ਕੇ ਉਹ ਜ਼ਮੀਨ ਦਾ ਨਿਗ ਪ੍ਰਾਪਤ ਨਹੀਂ ਹੋਣਾ ਤੁਹਾਨੂੰ ਨਾ ਤੁਸੀਂ ਕਹ ਰਹੇ ਤੁਸੀਂ ਇੱਥੇ ਹੀ ਰਹਿਣਾ ਜਾਣਾ ਨਹੀਂ ਹੈ ਤੁਸੀਂ ਜੇ ਜਾਉਂਗੇ ਤਾਂ ਜਾ ਕੇ ਤੁਸੀਂ ਮੁੜਿਆ ਨਾ ਸੋ ਜਿਹੜੀ ਜ਼ਮੀਨ ਹੈਗੀ ਹੈ ਫੀਊਡਲ ਸਿਸਟਮ ਦੇ ਵਿੱਚ ਇਹਦਾ ਇਹਦਾ ਰੋਲ ਬਹੁਤ ਰਿਹਾ ਇੰਡਸਟਰੀਅਲ ਸਿਸਟਮ 'ਚ ਨਹੀਂ ਹੈ ਹੁਣ ਜਿੰਦਾ ਇੱਥੇ ਆ ਗਿਆ ਇੱਥੇ ਰਿਸ਼ਤਾ ਇਦਾਂ ਨਹੀਂ ਹੋਣਾ ਹੈ ਜਾ ਕੇ ਵੀ ਜ਼ਮੀਨ ਕਿੰਨੀ ਹੈ ਤੁਸੀਂ ਇੱਕ ਫਿਲਮ ਦੇ ਵਿੱਚ ਇੱਕ ਡਾਇਲੌਗ ਸੀ ਉਹਨੂੰ ਪੁੱਛਦਾ ਕਿ ਤੇਰਾ ਵਿਆਹ ਨਹੀਂ ਹੋਇਆ ਉਹ ਕਹਿੰਦਾ ਵਿਆਹ ਇੱਥੇ ਕਿਤੇ ਬੰਦਿਆਂ ਦੇ ਹੁੰਦੇ ਆ ਵਿਆਹ ਤਾਂ ਕਿੱਲਿਆਂ ਦੇ ਹੁੰਦੇ ਆ ਕਿੰਨੇ ਕਿਲੇ ਜ਼ਮੀਨਾਂ ਦੇ ਠੀਕ ਠੀਕ ਇਸsrand ਦੀ ਗੱਲਬਾਤ ਪਹਿਲਾਂ ਬਹੁਤ ਪਾਪੂਲਰ ਰਹੀ ਹੁਣ ਮੇਰਾ ਖਿਆਲ ਆ ਇੱਥੇ ਵੀ ਜਿਹੜੇ ਅਸੀਂ ਜ਼ਮੀਨ ਨੂੰ ਮੁਹੱਬਤ ਕਰਨ ਵਾਲੇ ਲੋਕ ਆ ਨਾ ਇੱਥੇ ਤੁਸੀਂ ਦੇਖ ਲੈਣਾ ਵੀ ਜਿਹੜੇ ਮਾਲਵੇ ਦੇ ਲੋਕ ਖਾਸ ਕਰਕੇ ਉੱਤੇ ਜਿਹੜੇ ਆ ਰਹੇ ਨੇ ਜਿਨ੍ਹਾਂ ਕੋਲ ਜ਼ਮੀਨ ਸੀ ਜ਼ਮੀਨ ਤੇ ਨਿਰਪਰ ਸੀ ਇੱਥੇ ਆ ਕੇ ਵੀ ਉਹਨਾਂ ਦਾ ਪਹਿਲਾ ਕਦਮ ਇਹੀ ਆ ਵੀ ਜ਼ਮੀਨ ਲੈਣੀ ਆ ਜਦੋਂ ਉਹਨਾਂ ਦੇ ਪੈਰ ਲੱਗੇ ਚਾਰ ਪੈਸੇ ਆ ਲੱਗਦੇ ਜ਼ਮੀਨ ਲੈ ਲਓ ਸਿੰਘ ਸਾਹਿਬ ਇਹ ਜਿਹੜਾ ਕਨਸੈਪਟ ਜ਼ਮੀਨ ਲੈਣ ਦਾ ਸੀ ਨਾ ਇਹ ਹੁਣ ਬਦਲ ਗਿਆ ਹੁਣ ਜ਼ਮੀਨ ਵੇਚਣ ਦਾ ਕਨਸੈਪਟ ਆਇਆ ਆ ਨਾ ਨਾ ਉੱਥੇ ਹਾਂ ਇੰਡੀਆ ਚ ਆਪ ਇਹ ਸਿਗਾ ਇੱਕ ਸਟੇਜ ਤੇ ਇੱਥੇ ਆ ਕੇ ਵੀ ਉਹਨਾਂ ਨੇ ਫਾਰਮਿੰਗ ਕਰਨਾ ਪਸੰਦ ਕੀਤਾ ਜਾਂ ਜ਼ਮੀਨ ਜ਼ਰੂਰ ਲੈ ਕੇ ਰੱਖੀ ਸੀ ਇੱਕ ਸੈਂਸ ਆ ਮੈਂ ਹੁਣ ਇਹ ਦੱਸ ਦਵਾਂ ਕਿ ਹੁਣ ਜਿਹੜੇ ਅਸੀਂ ਇੱਥੇ ਹੈਗੇ ਆ ਅਸੀਂ ਹੁਣ ਉੱਥੇ ਜ਼ਿੰਮੇਦਾਰ ਨਹੀਂ ਹੈ 1% ਹੋਊਗੀ ਜ਼ਿਮੀਦਾਰ ਹੁਣ ਅਸੀਂ ਕੀ ਹੈਗੇ ਆ ਜੀ ਅਸੀਂ ਜਿਹੜਾ ਟਰੱਕ ਡਰਾਈਵਰ ਹੈ ਜਾਂ ਅਸੀਂ ਮਕੈਨਿਕ ਹੈ ਜਾਂ ਅਸੀਂ ਵਕੀਲ ਹੈ ਜਾਂ ਅਸੀਂ ਇੰਜੀਨੀਅਰ ਹੈ ਜਾਂ ਅਸੀਂ ਇੰਟਰਪ੍ਰੀਟਰ ਹੈ ਜਾਂ ਅਸੀਂ ਕੋਰ ਹੈ ਹੁਣ ਅਸੀਂ ਜ਼ਿਮੀਦਾਰ ਨਹੀਂ ਅਸੀਂ ਕਹਿ ਸਕਦੇ ਜੇ ਮੈਨੂੰ ਕੋਈ ਪੁੱਛੇ ਤੂੰ ਕੌਣ ਹੈ ਤਾਂ ਮੈਂ ਇਹ ਥੋੜਾ ਕਹੂੰਗਾ ਵੀ ਮੈਂ ਜ਼ਿਮੀਦਾਰ ਹੈਂ ਜੀ ਅੱਛਾ ਇਹ ਇਹ ਹੁਣ ਜ਼ਮੀਨ ਜਿਹੜੀ ਹੈਗੀ ਆ ਜੀ ਇਹ ਜਿਹੜਾ ਜਿਹੜਾ ਨੂੰ ਫਾਰਮਰ ਹੈ ਉਹ ਜੱਟ ਆ ਹੂੰ ਤੇ ਉੱਥੇ ਇੱਥੇ ਸਾਡੇ ਆਮ ਤੌਰ ਤੇ ਇਹ ਕਹਿੰਦੇ ਜਾਂਦੇ ਉਹ ਉਹ ਜੱਟ ਜਿਹੜਾ ਜੀ ਜੱਟ ਜਿਹਦਾ ਉਹ ਉਹ ਸਮਝਦੇ ਆ ਵੀ ਜਿਹੜਾ ਸਿੱਖ ਜੱਟ ਆ ਉਹ ਹੀ ਜੱਟ ਆ ਮੁਸਲਮਾਨ ਜੱਟ ਵੀ ਹੈ ਮੁਸਲਮਾਨ ਜੱਟ ਐ ਰਣਨੀਤਿਕ ਅਤਲਾ ਫਸਾਵੀ ਹੋਈ ਹੈ ਜੱਟ ਜੱਟ ਦਾ ਮਤਲਬ ਜਿਹੜਾ ਜ਼ਮੀਨ ਖੇਤੀ ਕਰਦਾ ਹੋਦਾ ਹੁਣ ਜੇ ਦੇਖਿਆ ਜਾਵੇ ਤਾਂ ਹੁਣ ਇੱਥੇ ਆ ਕੇ ਅਸੀਂ ਜ਼ਮੀਨ ਜ਼ਮੀਨ ਦੀ ਸੀ ਜ਼ਮੀਨ ਦਾ ਨਹੀਂ 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 ਖੇਤੀ ਕਰਦਾ ਨਹੀਂ ਜੱਟ ਹੈ ਜੱਟ ਉਹ ਆ ਜਿਹੜਾ ਜ਼ਮੀਨ ਦਾ ਮਾਲਕ ਹੈ ਤੇ ਖੇਤੀ ਕਰਦਾ ਹਾਂ ਚਲੋ ਚਲੋ ਠੀਕ ਹੈ ਖੇਤੀ ਤਾਂ ਬਹੁਤ ਲੋਕ ਕਰੀ ਜਾਂਦੇ ਆ ਹਾਂ ਚਲੋ ਠੀਕ ਹੈ ਉਹ ਵੀ ਠੀਕ ਹੈ ਜਾ ਕੇ ਉਹ ਮਜਾਰੇ ਵੀ ਹੈਗੇ ਆ ਤੁਹਾਡੀ ਗੱਲ ਠੀਕ ਹੈ ਐਨੀਵੇ ਅੱਛਾ ਹੁਣ ਤੁਸੀਂ ਦੇਖੋ ਹੁਣ ਜਿਹੜਾ ਬਦਲ ਰਿਹਾ ਕਨਸੈਪਟ ਨਾ ਜੀ ਬਦਲ ਰਿਹਾ ਕਨਸੈਪਟ ਆ ਹੁਣ ਉਹ ਜਿਹੜਾ ਫਿਊਡਲ ਕਨਸੈਪਟ ਸੀਗਾ ਜੀ ਪਈ ਜ਼ਮੀਨ ਵੇਚਣੀ ਤਾਂ ਮਾਂ ਵੇਚਣ ਦੇ ਬਰਾਬਰ ਆ ਉਹ ਹੈ ਨਹੀਂ ਹੁਣ ਹੁਣ ਜ਼ਮੀਨ ਵੇਚਣੀ ਮਾਂ ਵੇਚਣ ਵਾਲੀ ਗੱਲ ਨਹੀਂ ਹੈ ਜ਼ਮੀਨਾਂ ਹੁਣ ਤੜਾ ਤੜਾ ਬਿਕ ਰਹੀਆਂ ਆ ਔਰ ਜਿਹੜੇ ਜਾਟਿਆ ਉਹੀ ਵੇਚ ਰਹੇ ਆ ਵੇਚ ਰਹੇ ਆ ਹੁਣ ਉਹ ਕੀ ਦਾ ਹੁਣ ਉਹ ਹੁਣ ਪੈਸਾ ਮੰਨੀ ਦੇਦੇ ਹੁਣ ਜ਼ਮੀਨ ਦੀ ਕੀਮਤ ਨਹੀਂ ਜ਼ਮੀਨ ਦੇ ਵਿੱਚੋਂ ਜਿਹੜੀ ਇਨਕਮ ਹੁੰਦੀ ਆ ਉਹਦੀ ਕੀਮਤ ਆ ਉਹ ਉਹਦੀ ਕੀਮਤ ਲੱਗਦੀ ਆ ਕਿ ਹੁਣ ਹੁਣ ਮਨੀ ਸਿੱਧੇ ਤੋਂ ਹੁਣ ਜਿਹੜਾ ਜ਼ਾਰਿਆ ਜਿਹੜਾ ਬਾਜ਼ਾਰ ਜ਼ੋਰ ਦੀ ਗੱਲ ਕੀਤੀ ਸੀ ਹੁਣ ਜ਼ਾਰ ਪ੍ਰੋਬਲਮ ਹੋਈ ਹੋਈ ਹੈ ਜਾ ਕੇ ਜ਼ਰਦੇ ਦੇ ਹੁਣ ਕਤਲ ਹੁੰਦੇ ਆ ਜਾ ਕੇ ਜ਼ਮੀਨਾਂ ਹੁਣ ਜਿਹੜੀਆਂ ਵਿਗਿਆ ਉਹ ਜਿਹੜੇ ਕਨਸੈਪਟ ਸੀਗੇ ਜਾ ਕੇ ਵੀ ਦੁੱਧ ਵੇਚਣਾ ਪੁੱਤ ਵੇਚਣ ਦੇ ਬਰਾਬਰ ਹੁੰਦਾ ਜਾ ਕੇ ਜ਼ਮੀਨ ਵੇਚਣੀ ਮਾਂ ਵੇਚਣ ਦੇ ਬਰਾਬਰ ਹੁੰਦੀ ਆ ਇਹ ਜਿਹੜੇ ਹੈਗੇ ਆ ਇਹ ਇਹ ਫਿੱਕੇ ਪੈਗੇ ਪਿੱਛੇ ਪੈਗੇ ਜਾ ਕੇ ਹੁਣ ਕੋਈ ਜ਼ਮੀਨ ਵੇਚਦਾ ਤਾਂ ਕੋਈ ਇਦਾਂ ਨਹੀਂ ਸਮਝਿਆ ਜਾਂਦਾ ਬਈ ਇਹਨੂੰ ਕੋਈ ਬਹੁਤ ਮਾੜੀ ਗੱਲ ਕਰ ਦਿੱਤੀ ਹੈਗੀ ਐ ਸੋ ਫੀਡਰਲ ਸਿਸਟਮ ਦੇ ਵਿੱਚ ਜਿਹੜਾ ਹੈਗਾ ਇਹਦਾ ਰੋਲ ਜ਼ਿਆਦਾ ਰਿਹਾ ਇੰਡਸਟਰੀਅਲ ਸਿਸਟਮ ਵਿੱਚ ਹੁਣ ਜਿੱਥੇ ਜਿੱਦਾਂ ਹੁਣ ਆਪਾਂ ਉਹ ਗੱਲ ਕੀਤੀ ਸੀ ਆ ਨਿਊਜ਼ ਤੋਂ ਪਹਿਲਾਂ ਵੀ ਉਹ ਇੱਥੇ ਜਿਸ ਰਿਸ਼ਤਾ ਹੋਣਾ ਤਾਂ ਇੱਥੇ ਨਹੀਂ ਦੇਖਿਆ ਜਾਣਾ ਵੀ ਇਹਦੇ ਖੇਤ ਕਿੰਨੇ ਆ ਇਹਦੇ ਜੱਦੀ ਖੇਤ ਦੀ ਜ਼ਮੀਨ ਕਿੰਨੀ ਆ ਇੱਥੇ ਉਹਦੀ ਜੌਬ ਦੇਖੀ ਜਾਊਗੀ ਜਾ ਕੇ ਜੀ ਵੀ ਕਿੰਨੇ ਕਮਾਉਂਦਾ ਆ ਕੰਮ ਕੀ ਕਰਦਾ ਆ ਕੀ ਆ ਇਸ ਕਿਸਮ ਦਾ ਹੋ ਗਿਆ ਸੋ ਇਹ ਜਿਹੜੀ ਚੇਂਜ ਆ ਚੇਂਜ ਤਾਂ ਡੈਫੀਨਿਟਲੀ ਆਈ ਜਾਂਦੀ ਆ ਪਰ ਇਹਦੇ ਪਿੱਛੇ ਇੱਕ ਕੰਮ ਇਹ ਆ ਵੀ ਜਿਹੜੀ ਤੁਸੀਂ ਕਿਹਾ ਨਾ ਕਿ ਜਿਹੜੀ ਆਮਦਨ ਜ਼ਮੀਨ ਦੀ ਉਹ ਬਹੁਤ ਵੱਡੀ ਗੱਲ ਸੀ ਹੁਣ ਕੀ ਹੋਇਆ ਕਿ ਖੇਤੀ ਜਿਹੜਾ ਇਹ ਪ੍ਰੋਫਿਟੇਬਲ ਤਾਂ ਨਹੀਂ ਰਹਾ ਹੋਰ ਪ੍ਰੋਫਿਟੇਬਲ ਧੰਦੇ ਜਿਹੜੇ ਆ ਹੁਣ ਕੰਸਟਰਕਸ਼ਨ ਆ ਹਾਊਸ ਬਿਲਡਿੰਗ ਆ ਇਹ ਉਹ ਇਹ ਚੋਂ ਪੈਸੇ ਬਹੁਤ ਬਣਨ ਲੱਗ ਪਏ ਹੁਣ ਜਿਹੜੀ ਜ਼ਮੀਨ ਇਟਸੈਲਫ ਸੀ ਉਹ ਤਾਂ ਘਾਟੇ ਵਾਲਾ ਸੌਦਾ ਭਾਵੇਂ ਤੁਸੀਂ ਪੰਜਾਬ ਚ ਖੇਤੀ ਕਰਦੇ ਹੋ ਭਾਵੇਂ ਕਰਦੇ ਹੋ ਤੁਸੀਂ ਕੈਨੇਡਾ ਚ ਜੀ ਬਿਲਕੁਲ ਯਾ ਯੂਨਾਈਟਿਡ ਸਟੇਟਸ ਦੇ ਵਿੱਚ ਉਧਰ ਤਾਂ ਗਵਰਨਮੈਂਟ ਦੀਆਂ ਸਬਸਿਡੀਆਂ ਤੇ ਇਹ ਉਹ ਕਰਕੇ ਕੰਮ ਚੱਲਦਾ ਵਰਨਾ ਬਿਲਕੁਲ ਠੀਕ ਹੈ ਜੇਕਰ ਜ਼ਮੀਨ ਚੋਂ ਜਿਹੜੀ ਇਨਕਮ ਆ ਉਹਦੀ ਕਦਰ ਹੁੰਦੀ ਹੈ ਜੀ ਕਿ ਜੇ ਉਹ ਕਦਰ ਜ਼ਮੀਨ ਚੋਂ ਜ਼ਿਆਦਾ ਇਨਕਮ ਹੁੰਦੀ ਹੈ ਤਾਂ ਠੀਕ ਹੈ ਨਹੀਂ ਹੁੰਦੀ ਤਾਂ ਨਹੀਂ ਠੀਕ ਹੁੰਦੀ ਹੈ ਕਿ ਤਾਂ ਇਸ ਕਰਕੇ ਉਹ ਪਹਿਲੇ ਵਾਲੀ ਗੱਲ ਨਹੀਂ ਕਿ ਸੋਲ ਜਿਹੜਾ ਤੁਹਾਡੀ ਸੋਰਸ ਆਫ ਇਨਕਮ ਹੈ ਜ਼ਮੀਨ ਨਹੀਂ ਹੈ ਉਹ ਉਹ ਨਹੀਂ ਰਿਹਾ ਜਾ ਕੇ ਹੁਣ ਤੇ ਜ਼ਮੀਨ ਦੀ ਗੱਲਸ ਮੇਰੇ ਖਲਾਈ ਹੈ ਹਾਂ ਜਮੀਨ ਦੀ ਗੱਲ ਤਾਂ ਮੇ ਅਲਮੋਸਟ ਆਪਾਂ ਕਰ ਲਈ ਮੈਨੂੰ ਫਿਰ ਗੱਲਾਂ ਤਾਂ ਹੁਣ ਜ਼ਮੀਨ ਦੇ ਮੁੱਕੇ ਨਹੀਂ ਸਕਦੀਆਂ ਜੀ ਕਿਉਂਕਿ ਆਪਾਂ ਸਾਰੇ ਪਿੱਛੋਂ ਆਏ ਆ ਉੱਥੇ ਕਈ ਉਹ ਮੇਰੇ ਬਾਬੇ ਉਹ ਨਹੀਂ ਕਹਣਾ ਇਹ ਜ਼ਮੀਨ ਦਾ ਇੱਕ ਫਾਇਦਾ ਹੈ ਇਹ ਚੋਰੀ ਨਹੀਂ ਹੋ ਸਕਦੀ ਇਹ ਨਹੀਂ ਕਹਣਾ ਇਹ ਚੋਰੀ ਨਹੀਂ ਹੋ ਸਕਦੀ ਫਿਰ ਉਹ ਜਿਸ ਵੇਲੇ ਪਹਿਲਾਂ ਨਿਊਜ਼ੀਲੈਂਡ ਤੋਂ ਆਏ ਤਾਂ ਨਹੀਂ ਜ਼ਮੀਨ ਥੋੜੀ ਜਿਹੀ ਲਈ ਤਾਂ ਉਹਨਾਂ ਨੂੰ ਕਿਹਾ ਵੀ ਕਿਸੇ ਨੇ ਵੀ ਜ਼ਮੀਨ ਦਾ ਨੂੰ ਖਰੀਦੇ ਤਾਂ ਉਹਨਾਂ ਦਾ ਇੱਕ ਜਵਾਬ ਇਹ ਹੁੰਦਾ ਸੀ ਉਹ ਗਾਹਾਂ ਨੂੰ ਜੇ ਕੋਈ ਨਿਆਣਾ ਨਲਾਇਕ ਵੀ ਨਿਕਲ ਜਾਊਗਾ ਰੋਟੀ ਤਾਂ ਖਾਊਗਾ ਹੀ ਹਾਂ ਅਨ ਇਹ ਹੁੰਦੀ ਸੀ ਇੱਥੇ ਪਾਰਕਾਂ 'ਚ ਬੈਠਦੇ ਨੇ ਸਰਦਾਰ ਇੱਕ ਦਬੜੀ ਖਾਣੇ ਦਾ ਸਰਦਾਰ ਆ ਉਹ ਥੋੜੀ ਮੇਰੇ ਖਲਫੀਮ ਵੀ ਖਾਂਦਾ ਉਹ ਕਹਿੰਦਾ ਕਹਿੰਦਾ ਜੇਕਰ ਇਹ ਨਾ ਜ਼ਮੀਨ ਮੂਹ ਹੁੰਦੀ ਹੁੰਦੀ ਅਸੀ ਤਾਂ ਰਸੇ ਪਾ ਕੇ ਖਿੱਚ ਲਿਉਂਦੇ ਜਮੀਨ ਇੱਥੇ ਕਿ ਨਹੀਂ ਮੈਚ ਇਸ ਗੱਲ ਕੇ ਜੋਰੀ ਨਹੀਂ ਹੋ ਸਕਦੀ ਇਸ ਮੀਨ ਜ਼ਮੀਨ ਦੀ ਬੜੀ ਇੰਪੋਰਟੈਂਸ ਹੋ ਰਹੀ ਆ ਔਰ ਹੁਣ ਹੌਲੀ 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 ਜਿਹੜੀ ਹੈਗੀ ਇੰਡਸਟਰੀ ਦੀ ਜਿਹੜੀ ਹੈਗੀ ਉਹ ਜ਼ਿਆਦਾ ਹੋ ਰਹੀ ਹੈ ਜਾ ਕੇ ਸੋ ਇੱਕ ਤਾਂ ਆਪਾਂ ਜਿਹੜੇ ਸੁਣਨ ਵਾਲੇ ਆ ਇਸ ਇਸ ਗੱਲ ਨੂੰ ਸੋਚ ਰਹੀਏ ਪੇ ਹੁਣ ਇੱਥੇ ਐਡਜਸਟ ਕਰੀਏ ਤੇ ਕਿਸੇ ਨੇ ਜਾ ਕੇ ਹੁਣ ਜ਼ਮੀਨ ਦੀ ਕਮਾਈ ਨਹੀਂ ਖਾਣੀ ਹੈ ਜਾ ਕੇ ਸੋ ਇੱਥੇ ਜਿਹੜਾ ਹੈਗਾ ਆ ਕਿ ਆਹ ਜਿਹੜੀ ਪੀੜ੍ਹੀ ਹੈ ਚੱਲ ਰਹੀ ਜਿਹੜੀ ਅਗਲੀ ਪੀੜ੍ਹੀ ਇੱਥੇ ਬੌਰਨ ਹੋਈ ਹੈ ਉਹਨਾਂ ਨੂੰ ਤਾਂ ਬਿਲਕੁਲ ਹੋਰ ਮੋਹਨਦੇਸ ਸਰ ਪ੍ਰਗਟ ਸਿੰਘ ਧੁਰੀ ਆਏ ਸੀ ਜਿਹੜੇ ਮਨਿਸਟਰ ਵੀ ਰਹੇ ਆ ਹਾਂ ਉਹਨਾਂ ਨੇ ਇੱਕ ਮੌਕਫ ਕਲਵਾ ਜਿਹਾ ਕਿਹਾ ਕਹਿੰਦੇ ਹੋ ਸਕਦਾ ਵੀ ਮੇਰੀ ਰਿਟਾਇਰਮੈਂਟ ਵੀ ਕੈਨੇਡਾ ਚ ਹੀ ਹੋ ਜਾਏ ਔਰ ਬਹੁਤ ਸਾਰੇ ਜਿਹੜੇ ਪਾਵਰਫੁਲ ਲੋਕ ਨੇ ਉਹ ਜ਼ਮੀਨਾਂ ਦੇ ਮਾਲਕ ਵੀ ਨੇ ਬਹੁਤ ਵੱਡੇ ਸ਼ਕਤੀਸ਼ਾਲੀ ਅਹੁਦਿਆਂ ਤੇ ਰਹੇ ਨੇ ਆ ਉਹ ਆਪਣੇ ਆਪ ਨੂੰ ਰਿਟਾਇਰਮੈਂਟ ਲਈ ਕੈਨੇਡਾ ਕਨਸਿਡਰ ਕਰ ਰਿਹਾ ਹੈ ਕਨਸਿਡਰ ਕਰ ਰਿਹਾ ਨਾਲੇ ਮੇਰਾ ਵੀ ਇਹ ਹੈਗਾ ਜਾ ਕੇ ਪੇ ਵੀ ਬਹੁਤ ਆਏ ਪਿੱਛੇ ਇੰਡੀਆ ਨੂੰ ਛੂਰਨ ਦੀ ਗੱਲ ਨਹੀਂ ਹੈਗੀ ਇਹ ਸੋਚੋ ਦੁਨੀਆ ਦੇ ਬੈਸਟ ਮੁਲਕ ਵਿੱਚ ਬੈਠੇ ਐ ਤੇ ਬੈਸਟ ਫੈਸਿਲਿਟੀਆਂ ਹੋ ਰਹੀਆਂ ਜਾ ਕੇ ਸੋ ਜਸਟ ਇੰਜੋਏ ਲਾਈਫ ਐ ਤੇ ਇਹ ਬਹੁਤ ਵਧੀਆ ਗੱਲ ਹੈਗੀ ਆ